ਅਸੀਂ ਜਾਈ ਜਾਂਦੇ ਆ ਮਾਸੀ ਗਿੱਲੋ ਕੋਲ, ਸਹੇਲੀਆਂ ਨਾਲ ਫੋਨ ਤੇ ਲੱਗ ਰਹੀਆਂ, ਮੇਰੇ ਵਾਲੇ ਭੂਆ ਨੂੰ ਡ੍ਰੌਪ ਕਰਨਾ ਸੀ, ਭੂਆ ਆਏ ਸੀ ਜੀ। ਭਾਰਤਮਾਲਾ ਰੋਡ ਤੇ ਆ ਗਏ ਆਪਾਂ। ਹੂੰ ਤਾਂ ਅਸਲ ਚ ਤਾਂ ਯਾਰ ਇਹਨਾਂ ਨੇ ਨਾ ਗੱਡੀ ਦਾ ਪ੍ਰਦੂਸ਼ਣ ਖਤਮ ਸੀ, ਇਹਦਾ ਹੀ ਪ੍ਰਦੂਸ਼ਣ ਹੋ ਗਿਆ। ਬੜਾ 48 ਮਿਲੇ ਆ। ਹੋਰ ਬਾਈ ਦੇਖੋ ਪਿੱਛੇ ਪੈਣ ਕੋਲ ਪਲਾਜ਼ਾ, ਆ ਚਾਰ ਪਾਤੀਆਂ ਰੀਲਾਂ ਆ। ਲਓ ਵੀ ਪੀਲੀ ਵੰਗਾ ਪਹੁੰਚ ਕੇ ਨੂਰ ਸਿੰਘ ਸੌਂ ਗਿਆ। ਵਾਹ ਵਾਹ, ਟ੍ਰੇਨ ਜਾਈ ਜਾਂਦੀ ਹੈ ਵੀਰ ਜੀ। ਮਾਨੇ ਵਾਲੇ ਜਾਣਾ ਸੀ, ਮਾਨੇ ਵਾਲੇ ਸਾਗ ਦੇ ਨਾਲ ਇੱਕ ਰੋਟੀ। ਅਸੀਂ ਜਾਈ ਜਾਂਦੇ ਹਾਂ ਮਾਸੀ ਗਿੱਲੋ ਕੋਲੇ, ਤੇ ਪਿੰਡ ਦਾ ਨਾਮ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਵੀ ਕਿਹੜੇ ਪਿੰਡ ਜਾਈ ਜਾਂਦੇ ਹਾਂ। ਲੋਕੇਸ਼ਨ ਸਾਰੀ ਦੱਸਦੇ ਰਹਾਂਗੇ ਬਲੌਗ ਦੇ ਨਾਲ, ਐਂਡ ਤੱਕ ਬਣੇ ਰਹੋ। ਕਿੰਨਾ ਕੁ ਟਾਈਮ ਲਾਉਣਾ ਹੋਰ ਸਹੇਲੀਆਂ ਨਾਲ ਫੋਨ ਤੇ ਲੱਗ ਰਹੀਆਂ। ਹਾਂਜੀ ਅਸੀਂ ਚੱਲ ਪਏ, ਸਾਨੂੰ ਚੱਲਿਆਂ ਨੂੰ ਤਾਂ ਹੋ ਗਿਆ ਕਾਫੀ ਟਾਈਮ। ਸੂਰੇ ਵਾਲੇ ਭੂਆ ਨੂੰ ਡ੍ਰੌਪ ਕਰਨਾ ਸੀ, ਭੂਆ ਆਏ ਸੀ ਨਾਲ, ਤਾਂ ਕਰਕੇ ਵਲੌਗ ਨਹੀਂ ਬਣਾਇਆ ਸੀ ਜੀ। ਭਾਰਤਮਾਲਾ ਰੋਡ ਤੇ ਆ ਗਏ ਆਪਾਂ। ਇਹ ਫਤਿਹਪੁਰ ਪਿੰਡ ਆਉਂਦਾ, ਫਤਿਹਪੁਰ ਪਿੰਡ ਸਾਡੇ ਪਿੰਡਾਂ ਕਨੀ ਦੇ ਆਉਂਦੇ ਨਾ ਜਦੋਂ ਸੂਰੇ ਵਾਲੇ ਕੋਲ ਦੀ, ਫਤਿਹਪੁਰ ਪਿੰਡ ਆਉਂਦਾ ਤੇ ਉਹ ਫਤਿਹਪੁਰ ਪਿੰਡ ਤੋਂ ਟੱਪ ਕੇ ਆ ਭਾਰਤਮਾਲਾ ਰੋਡ ਆਉਂਦਾ। ਆ ਬਾਕੀ ਨੂਰ ਇੰਟਰੋਡਕਸ਼ਨ ਦੇਈ ਹੁੰਦਾ। ਕਿਹੜੀ ਭੂਆ? ਰੋਡ ਟੁੱਟਿਆ ਹੋਇਆ ਸੀ ਅੱਗੋਂ, ਕਿਉਂਕਿ ਟਾਊਨ 'ਚ ਇੱਥੋਂ ਵੜਨ ਤੋਂ ਪਹਿਲਾਂ ਨਾ ਆ ਤੇਰੇ ਸਤੀਪੁਰੇ ਤੋਂ ਪੁਲ ਬਣੀ ਹੁੰਦਾ ਤੇ ਅੱਗੇ ਬੰਦ ਕਰ ਰੱਖਿਆ ਗਾ, ਤੇ ਆ ਇੱਥੋਂ ਬੰਦ ਕਰ ਰੱਖਿਆ ਗਾ, ਆ ਬੈਰੀਕੇਡ ਲਾ ਰੱਖੀ। ਆਪਾਂ ਨੂੰ ਇੰਨੀ ਕਾਲ ਹੈ ਨੀ ਗੀ। ਟਰੱਕ ਬੜੇ ਦੇਖੋ ਕਿੰਨਾ, ਤੂੰ ਤਾਂ ਅਸਲ ਚ ਤਾਂ ਯਾਰ ਇਹਨਾਂ ਨੇ ਨਾ ਕੋਈ ਉਧਰ ਦੀ ਰਾਹ ਹੋਰ ਕੱਢਣਾ ਸੀਗਾ ਹਨਾ। ਅਣਜਾਣ ਬੰਦੇ ਨੂੰ ਤਾਂ ਨੀ ਪਤਾ, ਆਪਾਂ ਤਾਂ ਚੱਲ ਨੇੜਦੇ ਆ, ਪਤਾ ਲੱਗ ਗਿਆ ਆਪਾਂ ਨੂੰ ਆਹ ਖੱਟ ਜਗ੍ਹਾ ਤੋਰੇ ਹੋ ਗਏ ਕੋਈ। ਗੱਡੀ ਦਾ ਪ੍ਰਦੂਸ਼ਣ ਖਤਮ ਸੀਗਾ, ਆਪਾਂ ਇੱਥੋਂ ਹੁਣ ਪ੍ਰਦੂਸ਼ਣ ਬਣਵਾ ਲਾਂਗੇ। ਅਤੇ ਵੈਸੇ ਬੀਮਾ ਵੀ ਖਤਮ ਸੀ, ਰਾਤ ਬੀਮੇ 'ਤੇ ਲੱਗ ਗਏ ਰੁਪਈਏ। ਕੋਈ ਹਾਲ ਨਹੀਂ ਯਾਰ, ਗੱਡੀਆਂ ਦੂਰੋਂ ਦੂਰੋਂ ਚੱਲਦੀਆਂ, ਸੋਹਣੀਆਂ ਲੱਗਦੀਆਂ ਹਨਾ। ਇਹਨਾਂ ਦਾ ਕੁਛ ਤਾਂ ਹੁਣ ਬੀਮਾ ਘੱਟੋ ਘੱਟ 5 ਸਾਲ ਦਾ ਤਾਂ ਹੋਵੇ ਹੀ। ਸੋਰੀ, ਪ੍ਰਦੂਸ਼ਣ ਕਰਵਾ ਲਿਆ, ਆ ਉਹੀ ਜ਼ੋਰ ਲਾਉਂਦਾ ਫਿਰਦਾ, ਹੁਣ ਮੈਂ ਤੇ ਨੂਰ ਨੇ ਕੁਛ ਖਾਣਾ। 248 ਕਿਲੋਮੀਟਰ। ਹਾਂਜੀ ਆਪਾਂ ਜਾਈ ਜਾਂਦੇ ਸੀ ਹਨੂਮਾਨਗੜ੍ਹ ਤੋਂ ਪੀਲੀ ਵੰਗਾ ਸੂਰਤਗੜ੍ਹ ਰੋਡ, ਅਤੇ ਆ ਬਾਈ ਮਿਲੇ ਆ। ਹੋਰ ਬਾਈ ਕੀ ਹਾਲ ਹੈ? ਇੱਕ ਆਹ ਬਾਈ ਮਿਲੇ ਆ, ਇੱਕ ਉਹ ਪਿੱਛੇ ਭੈਣ ਆ। ਇਹ ਆ ਕਹਿੰਦੇ ਤੁਹਾਡੀਆਂ ਵੀਡੀਓ ਦੇਖਦੇ ਹਾਂ, ਵੀਡੀਓ ਕਿਵੇਂ ਲੱਗਦੀਆਂ? ਵਧੀਆ ਲੱਗਦੀਆਂ, ਥੈਂਕ ਯੂ। ਕੀ ਕੰਮ ਕਰਦੇ ਹੋ? ਕੁਛ ਨਹੀਂ, ਨਾਈ ਦਾ ਕੰਮ ਕਰਦਾ। ਬਹੁਤ ਵਧੀਆ ਗੱਲ। ਕਿਹੜਾ ਪਿੰਡ ਆ ਤੁਹਾਡਾ? ਇੱਥੋਂ ਕਿੰਨਾ ਦੂਰ ਪੈ ਜਾਂਦਾ? 10 ਕਿਲੋਮੀਟਰ। ਅੱਛਾ, ਬਾਲ ਬੜੇ ਯਾਰ ਲਾਲ ਲਾਲ ਕਰੇ ਆ ਤੇ। ਸਹੀ ਗੱਲ ਹੈ, ਸਹੀ ਗੱਲ ਹੈ। ਕੋਈ ਨਹੀਂ, ਕਿੱਧਰ ਚਲੇ?
ਲਓ ਜੀ ਸਾਨੂੰ ਮਿਲ ਗਏ ਸੀਗੇ ਕੋਈ ਮੁੰਡੇ, ਕਹਿੰਦੇ ਅਸੀਂ ਤੁਹਾਡੀਆਂ ਦੇਖਦੇ ਹਾਂ ਵੀਡੀਓ। ਯਾਰ ਥੋੜਾ ਜਿਹਾ ਪਾਣੀ ਜੇ ਪਹਿਲਾਂ ਦਿੱਤੀ, ਇਹ ਬਹੁਤ ਲੱਗ ਗਈ ਧੁੱਪੇ ਖੜੇ ਖੜੇ ਮੈਨੂੰ, ਮੇਰੇ ਵੀ ਨਹੀਂ ਪਸੀਨਾ ਹੀ ਪਸੀਨਾ ਆਈ। ਉਹ ਨਾ ਚੱਲਦੇ ਚੱਲਦੇ ਕਹਿੰਦੇ ਆਹੀ ਆ ਆਹੀ ਆ ਆਹੀ ਆ, ਮੈਂ ਹੌਰਨ ਮਾਰ ਕੇ ਗੱਡੀ ਰੋਕ ਲਈ। ਮੈਂ ਕਿਹਾ ਦੇਖ ਲੈਂਦੇ ਹਾਂ ਕੋਈ ਸ਼ੱਕ ਗੇੜਾ ਹੈਗਾ ਤਾਂ, ਪਰ ਉਹ ਕਹਿੰਦੇ ਵੀ ਅਸੀਂ ਤਾਂ ਤੁਹਾਡੀ ਦੇਖਦੇ ਹਾਂ ਵੀਡੀਓ। ਮੈਨੂੰ ਪਤਾ ਸ਼ੱਕ ਤਾਂ ਪਹਿਲਾਂ ਹੀ ਸੀ, ਮੈਂ ਕਿਹਾ ਵੀਡੀਓ ਵਾਲੇ ਹੋਣਗੇ ਐਂ ਕਹਿਣਗੇ। ਸ਼ਹਿਰ 'ਚ ਜਾਲੀਆਂ ਜਿਹੀਆਂ ਲਾਉਣੀਆਂ ਅਲਾਊਡ ਨਹੀਂ ਹੈ, ਪਰ ਮੈਂ ਚੱਲਦਾ ਹੁੰਦਾ ਤਾਂ ਜਾਲੀਆਂ ਲਾ ਕੇ ਚੱਲਦਾ ਹੁੰਦਾ, ਪਰ ਮੈਂ ਲਾਈਆਂ ਤਾਂ ਨਹੀਂ। ਮੈਂ ਕੋਈ ਚਲਾਣ ਚਲੂਣ ਨਾ ਕੱਟਦੇ, ਸਰਫੇ ਦਾ ਕਿਰਾਇਆ ਅੱਗੇ ਸਾਰਾ ਕੁਛ ਸਰਫੇ ਦਾ ਹੀ ਆ ਰੰਗਾ, ਐਵੇਂ ਕੋਈ ਚਲਾਣ ਕੱਟ ਦੂਗਾ। ਜਾਲੀਆਂ ਨਾ ਲਾਈਏ ਤਾਂ ਲੋਕ ਪਛਾਣ ਲੈਂਦੇ ਆ ਵੀ ਵੱਡੀ ਦਿੱਕਤ ਆ, ਹੈ ਨਾ। ਟੋਲ ਪਲਾਜ਼ਾ ਆ ਚੁੱਕਾ ਹੈ, ਜੰਮੂ ਪੀਲੀ ਗੰਗਾ ਤੱਕ ਦੀ ਕੱਟਦੇ ਯਾਰ। ਟੋਲ ਪਲਾਜ਼ੇ 'ਤੇ ਰੁਕੇ ਸੀ ਮੈਂ, ਦੋ ਤਿੰਨ ਚਾਰ ਪਾਤੀਆਂ ਰੀਲਾਂ ਇੰਸਟਾਗ੍ਰਾਮ 'ਤੇ, ਕਿਉਂਕਿ ਸਾਨੂੰ ਟਾਈਮ 'ਚੋਂ ਟਾਈਮ ਕੱਢਣਾ ਪੈਂਦਾ, ਇਹ ਸਾਡਾ ਕੰਮ ਆ। ਨੂਰ ਸਿੰਘ ਵਿਚਾਰਾ ਵਿੱਚ ਬੈਠਾ, ਗੱਲ ਮੰਨੀ ਹੈ ਮੈਂ ਇਹਨੂੰ, ਕਿ ਬਾਹਰ ਨਹੀਂ ਆਉਣਾ ਤਾਂ ਵਿਚਾਰਾ ਆਇਆ ਨਹੀਂ। ਥੈਂਕ ਯੂ ਬੇਟੇ, ਅਤੇ ਚੱਲੀਏ ਹੁਣ ਫਿਰ ਅੱਗੇ। ਮੈਂ ਜਦੋਂ ਨਾ ਬਰਾਤ ਲਿਆ ਸੀ ਇੱਧਰ ਦੀ ਗੱਡੀਆਂ ਲੈ ਗਏ ਸੀ ਇਸ ਰੋਡ 'ਤੇ। ਲਓ ਵੀ ਪੀਲੀ ਵੰਗਾ ਪਹੁੰਚ ਕੇ ਨੂਰ ਸਿੰਘ ਸੌਂ ਗਿਆ, ਪਰ ਇਹ ਲੈ ਕੇ ਆਊਗੀ ਆਉਣ। ਮੈਂ ਲਿਆਉਣੀ ਆ ਫਰੂਟ, ਫਲ ਫਰੂਟ ਜੇ ਲੈਣੇ ਥੋੜ੍ਹੇ ਜਾਲੇ ਆ। ਪੀਲੀ ਵੰਗਾ ਤੋਂ ਲੈ ਜਾ ਫਰੂਟ, ਫਰੂਟ ਮਹਿੰਗੇ ਬਹੁਤ ਕਰ ਰੱਖੇ ਤੇ ਆਪਣੇ, 40 ਰੁਪਏ ਕਿਲੋ ਆ ਇਹ। ਕੇਲੇ 50 ਰੁਪਏ ਕਿਲੋ ਆ। ਅਮਰੂਦ, ਅਮਰੂਦ ਹਾਂ ਹੋ ਸਕਦਾ ਆਪਣੇ ਬਾਗ ਆ ਨਾ, ਫਿਰ ਤਾਂ ਨਹੀਂ ਤੇ ਬੋਲ ਦੂ ਆਪਣੇ। ਮੈਂ ਇੱਥੇ ਰੁਕ ਜਾ ਦਿੰਨੀ ਆ। ਆ ਤਾਂ ਵਾਈ ਨਹੀਂ ਕਰਨ ਤੇ ਨਾ ਸਤਾ ਬਤ ਟ੍ਰੇਨ ਜਾਊਗੀ ਪਹਿਲਾਂ ਪੀਲੀ ਵੰਗਾ, ਫਿਰ ਹਨੂਮਾਨਗੜ੍ਹ, ਫਿਰ ਸੰਗਰੀਆ, ਫਿਰ ਡੱਬਵਾਲੀ। ਉਹ ਜਾਂਦੀ ਨੂਰ ਟ੍ਰੇਨ ਕਿੱਡੀ ਲੰਮੀ ਨੂਰ ਟ੍ਰੇਨ ਦੀ ਪਟੜੀ ਪਟੜੀ ਨੂਰ ਹੋਣੀ ਦੇਖੀ ਜਾਂਦੇ ਆ। ਮੈਂ ਤਾਂ ਵੇਖ ਕੇ ਪੁਰਾਣੀ ਸਹੀ ਰਾਹ ਵੀ ਲੈ ਜਾਂਦਾ, ਪਰ ਨੂਰ ਦੀ ਮਾਤਾ ਨੇ ਗਲਤ ਰਾਹ ਪਾਤਾ। ਕੁਛ ਨਹੀਂ, ਰਾਹ ਗਲਤ ਨਹੀਂ ਪਾਇਆ, ਮੇਰੇ ਡੈਡੀ ਨੂੰ ਪੁੱਛਿਆ ਸੀ, ਡੈਡੀ ਕਹਿੰਦਾ ਪਹਿਲਾਂ ਉਹ ਡਿੰਗਾ ਫਿਰ ਭਾਵਸਰ ਫਿਰ ਸੰਗਰ, ਤੇ ਮੈਂ ਇਹਨਾਂ ਨੂੰ ਕਿਹਾ ਨੂਰ ਦੇ ਡੈਡੀ ਪਹਿਲਾਂ ਡੇਰਾ ਉਹ ਡੇਰਾ ਪੁਲ ਕੋਲੋਂ ਗੱਡੀ ਮੋੜ ਕੇ ਲੈ ਆਏ। ਗੱਲਾਂ 'ਚ ਗਾਂਠ ਪਾ ਲਈ ਆਪਣਾ ਯਾਰ, ਤੈਨੂੰ ਆਪਦੇ ਪਿੰਡਾਂ ਦਾ ਨੀ ਪਤਾ। ਵੀਰ ਜੀ ਮਾਨੇ ਵਾਲੇ ਜਾਣਾ ਸੀ, ਮਾਨੇ ਵਾਲੇ ਛੋਟਾ ਨੀਚਾ ਵੱਡਾ ਵੀਰਾ, ਓਏ ਭੇਡਾਂ ਚਾਰੀ ਜਾਂਦਾ, ਓਏ ਨੀਚਾ ਵੱਡਾ ਵੀਰਾ ਹਾਏ।
ਫਾਈਨਲੀ ਮਾਸੀ ਦਾ ਪਿੰਡ ਮਾਨੇ ਵਾਲਾ ਆ ਚੁੱਕਿਆ, ਆ ਮਾਨੇ ਵਾਲਾ ਪਿੰਡ ਆ ਗਿਆ ਅਤੇ ਅਸੀਂ ਰੁਕ ਗਏ ਸੀਗੇ ਕਿਉਂਕਿ ਨੂਰ ਦੇ ਬੂਟ ਬੂਟ ਪਾਉਣੇ ਸੀ। ਆਹ ਕੀ ਹੈ ਨੂਰ ਦੀ ਮਾਂ? ਵੈਸਲੀਨ। ਲੈ ਵੈਸਲੀਨ, ਬਸ ਆਹੀ ਕੰਮ। ਨੂਰ ਉਹ ਬੈਠਾ ਵਿਚਾਰਾ ਥੱਕ ਗਿਆ, ਇੱਕ ਕੇਲਾ ਖਾਧਾ ਹੁਣ ਪਾਣੀ ਪੀ ਜਾਂਦਾ, ਤੜਕੇ ਦਾ ਭੁੱਖ ਮਰ ਗਿਆ। ਚੱਲੀਏ ਫਿਰ, ਚਲੋ ਚਲੋ ਵੀ ਪਿੰਡ ਜੇ ਨਿੱਕੇ ਨਿੱਕੇ ਬਾਹਲੇ ਆਏ ਯਾਰ, ਹੈ ਨਾ। ਮੋੜ ਘੋੜ ਇੰਨੇ ਗੇਰ ਬਦਲਨੇ ਪੈਂਦੇ, ਇੰਨੇ ਸਾਡੀ ਗੱਲਾਂ ਨੇ, ਮੋੜ ਘੋੜ ਬਾਹਲੇ ਆਉਂਦੇ ਆ। ਲਓ ਜੀ ਉਹ ਆ ਗਿਆ ਮੇਰੀ ਮਾਸੀ ਦਾ ਮੁੰਡਾ ਸਾਨੂੰ ਲੈਣ ਵਾਸਤੇ, ਘਰ ਨਹੀਂ ਸਾਨੂੰ ਪਤਾ ਆ ਗਿਆ। ਉਹ ਇੰਨੀ ਦੂਰ ਤੁਹਾਡਾ ਪਿੰਡ ਕਿਵੇਂ? ਸਤਿ ਸ਼੍ਰੀ ਅਕਾਲ। ਕਿਹੜੀ ਗਲੀ ਮੁੜਨੀ ਆ ਹੁਣ? ਚੱਲ ਆਇਆ ਬਾਈ, ਅਭੀ ਤੀਪੂ ਆ ਜਾ, ਉਧਰਲੇ ਪਾਸੇ ਦੀ ਆ ਜਾ।